ਸਤਿ ਸ਼੍ਰੀ ਅਕਾਲ ਜੀ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਹਾਦਸਾ ਸਾਹਮਣੇ ਆਇਆ ਹੈ, ਜਿਹਦੇ ਵਿੱਚ ਇੱਕ ਲੜਕੀ ਦੇ ਕਿਸੇ ਨੌਜਵਾਨ ਨੇ ਹੱਥ ਕੱਟਤੇ ਔਰ ਲੜਕਾ ਸਲਾਖਾਂ ਦੇ ਪਿੱਛੇ ਹੈ। ਲੜਕੀ PGI ਚੰਡੀਗੜ੍ਹ ਵਿੱਚ ਦਾਖਲ ਹੈ। ਇੱਕ ਹੱਥ ਦੀ ਸਰਜਰੀ ਉਹਦੀ ਪੂਰਾ ਦਿਨ ਚੱਲੀ ਅਤੇ ਡਾਕਟਰਸ ਹੱਥ ਜੋੜ ਸਕੇ ਉਹਦਾ, ਅਤੇ ਦੂਸਰਾ ਹੱਥ ਜੋੜਨਾ ਪੋਸੀਬਲ ਹੀ ਨਹੀਂ ਸੀ। ਬੁਰੀ ਤਰ੍ਹਾਂ ਜ਼ਖਮੀ ਹੈ, ਉਹਦੇ ਸਿਰ 'ਤੇ ਸਟਿਚਸ ਲੱਗੇ ਹੈ, ਕੰਨ 'ਤੇ ਲੱਗੇ ਹੈ, ਗਰਦਨ 'ਤੇ ਲੱਗੇ ਹੈ। ਅਤੇ ਮੈਂ ਇੱਕ ਸੁਣਿਆ ਦੇਣਾ ਚਾਹੁੰਦੀ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਜਿੱਥੇ ਇੱਕ ਪਾਸੇ ਆਪਣੀ ਫਿੰਗਰ ਟਿਪਸ 'ਤੇ ਦੁਨੀਆ ਹੈ, ਹਰ ਚੀਜ਼ ਸਕਿੰਟਾਂ 'ਚ ਫੋਨ ਹਾਜ਼ਰ ਕਰ ਦਿੰਦਾ ਹੈ, ਕਿਸੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਕੋਈ ਮੂਵੀ ਦੇਖਣੀ ਹੈ ਜਾਂ ਕੁਛ ਵੀ ਪਤਾ ਕਰਨਾ ਹੈ ਤਾਂ ਇੰਟਰਨੈਟ ਦਾ ਯੁੱਗ ਹੈ ਕਿ ਇੱਕ ਇੱਕ ਚੀਜ਼ ਮਿੰਟਾਂ ਸਕਿੰਟਾਂ 'ਚ ਹਾਜ਼ਰ ਹੋ ਜਾਂਦੀ ਹੈ ਅਤੇ ਹਰ ਚੀਜ਼ ਨੂੰ ਬਹੁਤ ਛੇਤੀ ਹਾਸਲ ਕਰਨ ਦੀ ਇੱਕ ਆਦਤ ਵੀ ਪੈ ਗਈ ਹੈ ਅਤੇ ਨਾ ਸੁਣਨ ਦੀ ਵੀ ਆਦਤ ਨਹੀਂ ਰਹੀ। ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ, ਰਿਸ਼ਤੇ ਬਣਾਉਣ 'ਤੇ ਉਮਰਾਂ ਲੰਘ ਜਾਂਦੀਆਂ, ਨਿਭਾਉਣ 'ਤੇ ਸਮਾਂ ਲੱਗਦਾ ਹੈ। ਕੋਈ ਵੀ ਐਸਾ ਕਦਮ ਨਾ ਜ਼ਿੰਦਗੀ ਵਿੱਚ ਚੱਕ ਲਓ ਜਿਹਦੇ ਨਾਲ ਆਪਦੀ ਵੀ ਜ਼ਿੰਦਗੀ ਬਰਬਾਦ ਹੋ ਜਾਵੇ ਅਤੇ ਅਗਲੇ ਦੀ ਵੀ। ਮੈਂ ਖਾਸ ਕਰਕੇ ਲੜਕੀਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਜਦੋਂ ਵੀ ਕੋਈ ਜ਼ਿੰਦਗੀ ਦਾ ਅਹਿਮ ਫੈਸਲਾ ਲੈਣਾ ਹੈ, ਆਪਦੇ ਮਾਂ ਬਾਪ ਨੂੰ ਕੌਨਫੀਡੈਂਸ ਵਿੱਚ ਜ਼ਰੂਰ ਲਓ, ਆਪਦੇ ਮਾਂ ਬਾਪ ਦੀ ਸਲਾਹ ਜ਼ਰੂਰ ਲਓ। ਹੋ ਸਕਦਾ ਹੈ ਤੁਹਾਨੂੰ ਇੱਕ ਵਾਰੀ ਉਹ ਲੜ ਪੈਣ, ਪਰ ਅਲਟੀਮੇਟਲੀ ਮਾਂ ਬਾਪ ਤੋਂ ਵੱਧ ਤੁਹਾਡਾ ਚੰਗਾ ਕੋਈ ਨਹੀਂ ਸੋਚ ਸਕਦਾ। ਹਮੇਸ਼ਾ ਉਹਨਾਂ ਦੇ ਨਾਲ ਸਲਾਹ ਕਰਕੇ ਜ਼ਿੰਦਗੀ ਦਾ ਫੈਸਲਾ ਕਰੋ ਅਤੇ ਜ਼ਿੰਦਗੀ ਬੜੀ ਅਨਮੋਲ ਹੈ, ਇਹਨੂੰ ਜ਼ਾਇਆ ਨਾ ਜਾਣ ਦਿਓ ਅਤੇ ਆਪਦੇ ਗੁੱਸੇ 'ਤੇ ਵੀ ਕਾਬੂ ਰੱਖੋ